ਨਮਸਕਾਰ, ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ। ਪਟਿਆਲਾ ਦੇ ਨੇੜਲੇ ਪਿੰਡ ਚਤਰਨਗਰ ਵਿਖੇ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ ਦੀ ਹੋਈ ਆਪਸੀ ਲੜਾਈ ਦੇ ਵਿੱਚ ਪਿਓ ਪੁੱਤ ਸਣੇ 3 ਜਣਿਆਂ ਦੀ ਮੌਤ ਹੋ ਗਈ ਹੈ, ਜਦਕਿ 2 ਵਿਅਕਤੀ ਗੰਭੀਰ ਜ਼ਖਮੀ ਹੋਣ ਦੇ ਕਾਰਨ ਉਹਨਾਂ ਨੂੰ ਰਜਿੰਦਰ ਹਸਪਤਾਲ ਪਟਿਆਲਾ ਵਿਖੇ ਜ਼ੇਰੇ ਇਲਾਜ ਕੀਤਾ ਗਿਆ ਹੈ। ਇਸ ਮੌਕੇ DSP ਸਰਕਲ ਘਨੌਰ ਬੂਟਾ ਸਿੰਘ ਤੇ ਥਾਣਾ ਸ਼ੰਭੂ ਪੁਲਿਸ ਦੀ SHO ਅਮਨਪਾਲ ਸਿੰਘ ਵਿਰਕ ਵੱਲੋਂ ਪੁਲਿਸ ਪਾਰਟੀ ਮੌਕੇ ਉੱਤੇ ਪਹੁੰਚ ਕੇ ਸਾਰੀ ਵਾਰਦਾਤ ਦਾ ਜਾਇਜ਼ਾ ਲਿਆ ਗਿਆ। ਜਾਣਕਾਰੀ ਅਨੁਸਾਰ ਦਿਲਬਾਗ ਸਿੰਘ ਤੇ ਉਸਦਾ ਪੁੱਤਰ ਜਸਵਿੰਦਰ ਸਿੰਘ ਜੱਸੀ ਵਾਸੀ ਪਿੰਡ ਨੋਗਾਵਾਂ ਜਦੋਂ ਨੇੜਲੇ ਪਿੰਡ ਚਤਰਨਗਰ ਵਿਖੇ ਠੇਕੇ ਉੱਤੇ ਲਈ ਜ਼ਮੀਨ ਵਿੱਚ ਪੁੱਜੇ ਤਾਂ ਉੱਥੇ ਪਹਿਲਾਂ ਹੀ ਦੂਜੀ ਧਿਰ ਦੇ ਵਿਅਕਤੀ ਸਤਵਿੰਦਰ ਸਿੰਘ, ਹਰਜਿੰਦਰ ਸਿੰਘ ਤੇ ਹਰਪ੍ਰੀਤ ਸਿੰਘ ਵਾਸੀ ਚਤਰਨਗਰ ਮੌਜੂਦ ਸਨ। ਇਸ ਦੌਰਾਨ ਦੋਨਾਂ ਧਿਰਾਂ ਦੀ ਠੇਕੇ ਤੇ ਲਈ ਜ਼ਮੀਨ ਨੂੰ ਲੈ ਕੇ ਆਪਸੀ ਵਿਵਾਦ ਹੋ ਗਿਆ ਤੇ ਹੱਥੋਂ ਪਾਈ ਤੋਂ ਬਾਅਦ ਗੋਲੀਬਾਰੀ ਵੀ ਹੋਈ। ਇਸ ਦੌਰਾਨ ਦੂਜੀ ਧਿਰ ਦੇ ਵਿਅਕਤੀਆਂ ਨੇ ਦਿਲਬਾਗ ਸਿੰਘ ਤੇ ਉਸਦੇ ਪੁੱਤਰ ਜਸਵਿੰਦਰ ਸਿੰਘ ਜੱਸੀ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ, ਜਦਕਿ ਪਹਿਲੀ ਧਿਰ ਦੇ ਵਿਅਕਤੀ ਸਤਵਿੰਦਰ ਸਿੰਘ ਦੀ ਵੀ ਮੌਤ ਹੋ ਗਈ। ਉਸਦੇ ਨਾਲ ਉਸਦੇ ਸਾਥੀ ਹਰਪ੍ਰੀਤ ਸਿੰਘ ਅਤੇ ਹਰਜਿੰਦਰ ਸਿੰਘ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਗੋਲੀ ਵੱਜਣ ਦੇ ਕਾਰਨ ਜ਼ੇਰੇ ਇਲਾਜ ਹਨ। ਇਸ ਮੌਕੇ DSP ਘਨੌਰ ਬੂਟਾ ਸਿੰਘ ਅਤੇ ਥਾਣਾ ਸ਼ੰਭੂ ਪੁਲਿਸ ਦੇ SHO ਅਮਨਪਾਲ ਸਿੰਘ ਵਿਰਕ ਪੁਲਿਸ ਪਾਰਟੀ ਸਮੇਤ ਪਹੁੰਚ ਗਏ। ਘਟਨਾ ਸਥਲ ਉੱਤੇ ਦਿਲਬਾਗ ਸਿੰਘ ਅਤੇ ਉਸਦੇ ਪੁੱਤਰ ਜਸਵਿੰਦਰ ਜੱਸੀ ਦੀਆਂ ਲਾਸ਼ਾਂ ਖੇਤਾਂ ਦੇ ਵਿੱਚ ਪਈਆਂ ਸਨ। ਪੁਲਿਸ ਪਾਰਟੀ ਨੇ ਲਾਸ਼ਾਂ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਟਿਆਲਾ ਤੋਂ ਪੰਜਾਬ TV ਪ੍ਰਾਈਮ ਦੇ ਲਈ ਅੰਸ਼ੁਮਨ ਦੀ ਰਿਪੋਰਟ। ਸਰ, ਕੀ ਨਾਂ ਤੁਹਾਡਾ? ਮੇਰਾ ਅਮਰਿੰਦਰ ਸਿੰਘ, ਹੈਪੀ, ਪਿੰਡ ਹਸਨਪੁਰ, ਜ਼ਿਲ੍ਹਾ ਪਟਿਆਲਾ, ਪ੍ਰਧਾਨ ਕਿਸਾਨ ਯੂਨੀਅਨ ਝੜੋਨੀ। ਸਰ ਜੀ, ਜਿਹੜੀ ਇਹ ਕਤਲ ਹੋਇਆ ਤੇ ਬਾਰੇ ਜਾਣਕਾਰੀ ਦਿਓ। ਇਹ ਪਿੰਡ ਚਤਰਨਗਰ ਦੀ ਜ਼ਮੀਨ ਹੈ ਜੀ, ਇੱਥੇ ਕੰਪਨੀ ਨੇ ਖਰੀਦੀ ਹੋਈ ਹੈ। ਇੱਥੇ ਨਗਾਮੇ ਦੇ ਬੰਦੇ ਦਿਲਬਾਗ ਸਿੰਘ ਅਤੇ ਜੱਸੀ, ਇਹਨਾਂ ਨੇ ਵੀ ਕੰਪਨੀ ਦੀ ਜ਼ਮੀਨ ਲਈ ਹੋਈ ਹੈ, ਚਤਰਨਗਰ ਵਾਲਿਆਂ ਨੇ ਵੀ ਲਈ ਹੋਈ ਹੈ। ਇਹਨਾਂ ਦਾ ਆਪਸ ਦੇ ਵਿੱਚ ਕੰਪਨੀ ਦੇ ਜ਼ਮੀਨ ਲੈਣ ਕਰਕੇ ਟਕਰਾਅ ਹੋ ਗਿਆ। ਇਹਦੇ ਵਿੱਚ 3 ਬੰਦੇ ਦੀ ਡੈਥ ਹੋ ਗਈ, ਬਾਕੀ 2 ਬੰਦੇ ਜ਼ਖਮੀ ਹੈ। ਬਾਕੀ ਪੁਲਿਸ ਉਹ ਤਫਤੀਸ਼ 'ਤੇ ਲੱਗੀ ਹੋਈ ਹੈ, ਉਹਦਾ ਕਾਰਨ ਪ੍ਰੋਪਰ ਲੱਭ ਕੇ ਆਪਾਂ ਨੂੰ ਪਤਾ ਲੱਗ ਜਾਊ ਵੀ ਕਿਆ ਕਾਰਨ ਹੋਇਆ। ਵੈਸੇ ਤਾਂ ਜਿੱਥੇ ਤੱਕ ਹੈ ਵੀ ਕੰਪਨੀ ਦੀ ਜ਼ਮੀਨ ਪਿੱਛੇ ਹੀ ਕਾਰਨ ਹੋਇਆ, ਜਿਹੜੀ ਗੱਲ ਹੋਈ ਹੈ ਬਾਕੀ ਸਰਕਾਰਾਂ ਨੂੰ ਸਭ ਪਤਾ ਹੁੰਦਾ ਵੀ ਕਿਆ ਕੰਪਨੀ ਦਾ ਕਿੱਥੇ ਬੈਠ ਕੇ ਸਮਝੌਤੇ ਕਰਾਂ ਜਾਂ ਕਿੱਥੇ ਨਹੀਂ। ਇਹ ਆਉਣ ਵਾਲਾ ਸਮਾਂ ਅਤੇ ਸਰਕਾਰਾਂ ਸਾਡੇ ਵਾਸਤੇ ਚੰਗੀ ਨਹੀਂ ਹੈਗੀਆਂ। ਪਹਿਲਾਂ ਵੀ ਸਰਕਾਰਾਂ ਰਹੀਆਂ, ਕਦੀ ਕੰਪਨੀ ਦੇ ਵਿੱਚ ਇੰਟਰਫੇਲ ਨਹੀਂ ਹੋਇਆ। ਹੁਣ ਕੰਪਨੀ ਦੇ ਵਿੱਚ ਇੰਟਰਫੇਲ ਕਰਕੇ ਬੰਦੇ ਨੂੰ ਕਹਿੰਦੇ ਬਾਹਰ ਹੋ, ਫਿਰ ਕਤਲ ਹੋ ਗਿਆ ਇੱਥੇ ਸਾਡੇ ਇਲਾਕੇ ਦੇ ਵਿੱਚ। ਇਹ ਆਉਣ ਵਾਲਾ ਸਾਡੇ ਇਲਾਕੇ ਨੂੰ ਤਾਂ ਸਾਨੂੰ ਆਪ ਦੇਖਣਾ ਪੈਣਾ। ਅਸੀਂ ਕੰਪਨੀ ਵਾਲਿਆਂ ਨੂੰ ਚੇਤਾਵਨੀ ਦਿੰਦੇ ਹਾਂ, ਅਸੀਂ ਆਪ ਆਪਣੀ ਜ਼ਮੀਨ ਵਾਹਵਾਂਗੇ ਜਿੱਥੇ ਜਿੱਥੇ ਸਾਡੀ ਜ਼ਮੀਨ ਹੈ, ਅਸੀਂ ਨਹੀਂ ਵੜਨ ਦੇਣਾ। ਜਿਹੜੇ ਉਹਨਾਂ ਦੇ ਪੌਗੇ ਰੱਖੇ ਹੋਏ ਅੱਗੇ, ਭਾਵੇਂ MLA ਹੈ, ਕੋਈ ਹੋਰ ਵੀ ਹੈ, ਅਸੀਂ ਵਿਰੋਧ ਕਰਾਂਗੇ ਜੇ ਕੱਲ੍ਹ ਨੂੰ ਇਹ ਜੀ ਘਟਨਾ ਵਰਤਰੀ ਇੱਥੇ ਸਾਡੇ ਇਲਾਕੇ 'ਚ। ਸਾਡਾ ਸਰਕਾਰ ਦੇ ਬਰ ਖਿਲਾਫ ਅਸੀਂ ਧਰਨਾ ਦੇਵਾਂਗੇ, ਜੇ ਇਹੋ ਜਿਹੀ ਗੱਲਬਾਤ ਹੋਈ ਅਸੀਂ ਧਰਨਾ ਦੇਵਾਂਗੇ। ਸਾਡੇ ਨਾਲ ਨਗਾਮੇ ਦੇ ਸਰਪੰਚ ਵੀ ਹੈ, ਇਹ ਵੀ ਬੋਲਣ। ਇਹ ਇੰਡੋਨੇਸ਼ੀਆ ਕੰਪਨੀ ਦੀ ਜ਼ਮੀਨ ਹੈ। ਇਹ ਦਿਲਬਾਗ ਸਿੰਘ ਹੈ, ਇਹਦਾ ਬੇਟਾ ਹੈਗਾ ਜਸਵਿੰਦਰ ਸਿੰਘ ਜੱਸੀ, ਇੱਕ ਚਤਨਗਰ ਦਾ ਸੱਤਾ ਜੀ। ਸਾਨੂੰ ਸੂਚਨਾ ਮਿਲੀ ਸੀ ਕਿ ਚਤਰਪੁਰ ਪਿੰਡ ਖੇਤਾਂ ਦੇ ਵਿੱਚ, ਚਤਰਨਗਰ ਪਿੰਡ ਥਾਣਾ ਸ਼ੰਭੂ ਏਰੀਏ 'ਚ ਖੇਤਾਂ 'ਚ ਜ਼ਮੀਨ ਦੇ ਮਾਮਲੇ ਨੂੰ ਲੈ ਕੇ ਪੁਰਾਣਾ ਝਗੜਾ ਚੱਲ ਰਿਹਾ ਸੀਗਾ। ਉਹਦੇ ਮੱਦੇਨਜ਼ਰ ਜਿਹੜੀ ਹੈਗੀ ਹੈ ਨਗਾਵਾਂ ਅਤੇ ਚਤਰਪੁਰ ਦੇ ਬੰਦੇ ਨੇ ਜਿਹੜੀ ਹੈ ਆਪਸੀ ਲੜਾਈ ਹੋ ਗਈ, ਜਿਹਦੇ ਵਿੱਚ ਇੱਕ ਪਾਸੋਂ ਨਗਾਵਾਂ ਦੇ ਪਿਓ ਪੁੱਤ ਜਸਵਿੰਦਰ ਸਿੰਘ ਅਤੇ ਉਹਦਾ ਬਾਪ ਦਿਲਬਾਗ ਸਿੰਘ, ਇਹਨਾਂ ਦੀ ਮੌਤ ਹੋਈ ਹੈ। ਦੂਜੇ ਪਾਸੇ ਜਿਹੜਾ ਹੈ ਸਤਵਿੰਦਰ ਸਿੰਘ ਜਿਹੜੀ ਆ ਉਹ ਮੌਕੇ 'ਤੇ ਮੌਤ ਹੋਈ ਹੈ। ਮੌਕੇ 'ਤੇ ਖੜ੍ਹੇ ਅਸੀਂ ਮੌਕਾ ਮਿਲਿਆ ਕਰ ਲਿਆ, ਸਾਰੇ ਹਾਲਾਤ ਪਤਾ ਕਰਕੇ ਜਿਹੜੀ ਬੰਦੀ ਕਰ ਲਈ, ਜੋ ਵਾਰਸ ਜਾਣਦੇ ਨੇ ਉਹਦੇ ਮੁਤਾਬਕ ਅਨੁਸਾਰ ਕੀਤੀ ਗਈ। ਸਰ, ਗੋਲੀਆਂ ਕਿੰਨੀਆਂ ਚੱਲੀਆਂ ਨੇ? ਇਸ ਤਰੀਕੇ ਨਹੀਂ ਦੱਸਿਆ ਜਾ ਸਕਦਾ ਜੀ, ਇੱਦਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ। ਪੋਸਟਮਾਰਟਮ ਤੋਂ ਬਾਅਦ ਜਿਹੜੀ ਹੈ ਉਹ ਸਾਰੀ ਗੱਲ ਸਾਹਮਣੇ ਆ। ਉਮਰ ਕਿੰਨੀ ਹੈ ਜੀ? ਕਿੰਨੇ ਕੁ ਜ਼ਖਮੀ? ਮੌਕੇ ਦੇ ਉੱਪਰ ਕੀ ਕੁਝ ਮਿਲਿਆ ਹੈਗਾ? ਇਹ ਸਾਰਾ ਜੀ ਪੜਤਾਲ ਕਰ ਰਹੇ ਹਾਂ। ਇੱਕ ਜਿਹੜਾ ਬੰਦਾ ਹੈਗਾ ਸਤਵਿੰਦਰ ਸਿੰਘ, ਉਹ ਕਰੀਬ 35-40 ਸਾਲ ਦਾ ਹੈ,
ਦੂਸਰੇ ਜਿਹੜੇ ਇੱਕ 40-42 ਸਾਲ ਦਾ, ਇੱਕ ਜਿਹੜਾ ਹੈਗਾ 54-55 ਸਾਲ ਦਾ। ਸਰ ਕੋਈ ਫੱਟੜ ਵੀ ਹੈ ਜੀ? ਇਹ ਦੋ ਤਿੰਨ ਬੰਦੇ ਫੱਟੜ ਵੀ ਦੱਸੇ ਜਾਂਦੇ, ਜਿਹਨਾਂ ਬਾਰੇ ਹਜੇ ਕਿਹਾ ਨਹੀਂ ਸਕਦਾ ਕੌਣ ਨੇ। ਹੋਸਪਿਟਲ ਚ ਪਤਾ ਇੱਥੋਂ ਰਾਜਪੁਰਾ APGN ਹਸਪਤਾਲ ਦਾਖਲ ਹੋਏ ਨੇ ਸਰ, ਇਹਨਾਂ ਦਾ ਪੋਸਟਮਾਰਟਮ ਕਿੱਥੇ ਕਰਵਾਇਆ ਜਾ ਰਿਹਾ? ਇਹ ਸਰਕਾਰੀ ਹਸਪਤਾਲ 'ਚ ਕਰਵਾਇਆ ਜਾ ਰਿਹਾ, ਰਾਜਪੁਰ ਕਰਵਾਓ। ਸਰ ਜੀ, ਜਿਹੜੇ ਇਹਨਾਂ ਦੇ ਕੋਈ ਵਾਰਸ ਹੈਗੇ ਆ, ਉਹਨਾਂ ਦੀ ਸ਼ਿਕਾਇਤ ਦੇ ਉੱਪਰ ਕਿਹਦੇ ਸ਼ਿਕਾਇਤ ਦੇ ਉੱਪਰ ਪਰਚਾ ਕਰ ਰਹੇ? ਅਜੇ ਵਾਰਸ ਬਿਆਨ ਲਿਖਾ ਰਹੇ ਨੇ, ਜੋ ਵੀ ਬਿਆਨ ਲਿਖਾਉਣਗੇ ਜਿਹਦੇ ਖਿਲਾਫ ਜੋ ਹੱਕੀ ਦੋਸ਼ੀ ਹੋਊਗਾ, ਇਹਦੇ ਵਿੱਚ ਉਹਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਊਗਾ। ਸਖਤੀ ਨਾਲ ਜਿਹੜਾ ਜਿਹਨਾਂ ਨੇ ਗਲਤੀ ਕੀਤੀ ਹੈ ਉਹਨਾਂ 'ਤੇ ਐਕਸ਼ਨ ਲਿਆ ਜਾਏਗਾ। ਸਰ, ਇਹ ਜ਼ਮੀਨ ਦਾ ਕੀ ਮਸਲਾ ਸੀ ਜੀ, ਕੋਈ ਠੇਕੇ ਵਗੈਰਾ ਦਾ ਕੀ? ਇਹ ਪੜਤਾਲ ਕਰ ਰਹੇ ਆ, ਕੀ ਮਸਲਾ ਜੀ? ਸਰ, ਕੋਈ ਇਵੇਂ ਪਤਾ ਵੀ ਲੱਗ ਰਿਹਾ ਕਿ ਕਾਫੀ ਟਾਈਮ ਪਹਿਲਾਂ ਜਿਹੜਾ ਥਾਣੇ ਦੇ ਵਿੱਚ ਵੀ ਇਹ ਮਾਮਲਾ ਪਹੁੰਚਿਆ? ਇਹ ਪੜਤਾਲ ਕਰਦੇ ਆ ਕਿ ਇਹਨਾਂ ਦਾ ਫੈਸਲਾ ਜੋ ਪਤਾ ਲੱਗਿਆ ਪੰਚਾਇਤੀ ਤੌਰ 'ਤੇ ਹੋਇਆ ਪਿੰਡਾਂ ਦੇ ਵਿੱਚ, ਬਹੁਤ ਬੰਦੇ ਨੇ ਫੈਸਲਾ ਕਰਵਾਇਆ, ਬਾਕੀ ਅਜੇ ਹਾਲਾਤ ਪਤਾ ਕਰਦੇ ਆ, ਉਹਦੇ ਮੁਤਾਬਕ ਜਿਹੜਾ ਕੁਛ ਕਿਹਾ ਜਾਵੇਗਾ।